We were kindly subscribe our channel and click on the bell icon for more videos and news update. ਜਿਹਨੇ ਦੋਸਤ ਮੂੰ ਫਕੀਰ ਦੀ ਗੁਫ਼ਤਗੂ ਸਕੀਲ ਥੀ ਗਈ ਅੱਜ ਕੋਈ ਸਮਝ ਗਰੁੱਪ ਤੋਂ ਗੁਜ਼ਰ ਗਈ ਹੈ ਉਹਨਾਂ ਦੇ ਜ਼ੌਕ ਦੀ ਖਾਤਰ ਇੱਕ ਕਿਹਦੇ ਮਿਲਾਪ ਤੇ ਬੈਠੇ ਰਹਿਮਤ ਲਿਲ ਆਲਮੀਨ ਦੇ ਮਿਲਾਪ ਤੇ ਨਬੀ ਸਿੰਘ ਨਮਾਜ਼ ਦੇ ਨਬੀ ਨਬੀ ਇਹ ਸਭ ਦੇ ਨਬੀ ਸਭ ਦੇ ਦਾੜੀ ਵਾਲੇ ਤੇ ਹਨ ਤੇ ਡਰੇ ਦਾੜੇ ਤੇ ਵੀ ਹਨ ਇਹ ਬਖਸ਼ਿਸ਼ ਸਨ ਇਹਨਾਂ ਦੀ ਵੀ ਸ਼ਫਾਤ ਥੀ ਸੀ ਅੱਲਾਹ ਅਕਬਰ ਫਕਰ ਹੈ ਕਰੀ ਖੱਜੀ ਦਾ ਸੁੱਕਾ ਦੁੱਧ ਮੇਰੇ ਕਰੀਮ ਨਬੀ ਸੀ ਦਾ ਮਿੰਬਰ ਸੰਜੀਦ ਮੁਬਾਰਕ ਟਿਕੇ ਨਾ ਖੁਦ ਬਾਈ ਫਰਮੇ ਨਾ ਖਤਾ ਵੀ ਫਰਮੇ ਸੁਭਾਨ ਅੱਲਾਹ ਸਿੱਧੀ ਸਿੱਧੀ ਅਦਾਓਂ ਪੇ ਬੇਹੱਦ ਦਰੂਦ ਸੁਭਾਨ ਸੁਭਾਨ ਸਿੱਧੀ ਅਦਾ ਨਹੀਂ ਜੋ ਖੱਜੀ ਦੇ ਦੁੱਧ ਦਾ ਸਹੀ ਦੇਖ ਲਈ ਖਣ ਖੁਤਬਾ ਫਰਮਾਉਂਦੇ ਖਣ ਖਿਤਾਬ ਫਰਮਾਉਂਦੇ ਕਬੀਲ ਦਾ ਨਾਇਬ ਬਨੂ ਨਜਾਰ ਬਨੂ ਨਜਾਰ ਦੇ ਬੁੱਢੜ ਸਹਾਬੀ ਹੈ ਕੰਮ ਕਰਨ ਦੇ ਅੰਦਰ ਖਾਣੇ ਦਾ ਅਰਜ਼ ਕੀਤਾ ਸੀ ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਜਾਣੀ ਜਾਣ ਨਬੀ ਇਹ ਖੱਜੀ ਦਾ ਸੁੱਕਾ ਦੁੱਧ ਆਪ ਦੀ ਸ਼ਾਨ ਦੇ ਲਾਇਕ ਨਹੀਂ ਆਪ ਦੇ ਸ਼ਾਇਆਨ ਸ਼ਾਨ ਨਹੀਂ ਇਜਾਜ਼ਤ ਅਤਾ ਫਰਮਾਓ ਤੇ ਤ੍ਰੈ ਪੌੜੇ ਵਾਲਾ ਮਿੰਬਰ ਘੜ ਕੇ ਪੇਸ਼ ਕਰ ਦਿਓ ਜਾਮਾ ਮਸਜਿਦ ਵਿੱਚ ਪਿਆ ਹੁੰਦਾ ਨਾ ਤ੍ਰੈ ਪੌੜੇ ਵਾਲਾ ਮਿੰਬਰ ਉਹਦਾ ਮੁੰਡ ਬਦਿੰਦਾ ਪਿਆ ਮਿੰਬਰ ਰੱਖੀ ਚ ਗਏ ਖਮੀਸ ਦੇ ਜੀ ਜੁਮੇ ਦਾ ਨਹੀਂ ਆਏ ਸਹੀ ਮਸਜਿਦ ਨਬਵੀ ਸ਼ਰੀਫ ਹੈ ਸਹਾਬਾ ਇੰਤਜ਼ਾਰ ਚ ਮਿੰਬਰ ਸਿੱਖਦਾ ਖੜੇ ਅੱਜੋ ਚੇਲ ਮੁਬਾਰਕ ਲਿਸਨ ਚੱਸਾਂ ਚੇਸਾਂ ਸੁਭਾਨ ਅੱਲਾਹ ਪਰ ਅੱਜ ਸਹੀ ਆ ਕੇ ਨਵੇਂ ਮਿੰਬਰ ਤੇ ਬਹਿ ਗਏ ਜਿਹੜਾ ਸਹੀ ਮਿੰਬਰ ਤੇ ਬੈਠੇ ਬੈਠੇ ਖੱਜੇ ਦੇ ਸੁੱਕੇ ਦੁੱਧ ਡੁਸਕਣ ਸ਼ੁਰੂ ਕਰ ਦਿੱਤਾ ਦੁੱਧ ਰੋਂਦਾ ਖੜੇ ਚੀਕਾਂ ਮਰੇ ਸਹਿ ਚੋਖਾ ਚੀਕਿਆ ਸਹਾਬਾ ਆਦਮ ਇਵੇਂ ਥਾੜੀ ਮਰੇਂਦਾ ਹਾ ਜਿਵੇਂ ਕੋਈ ਅਕਲਮੰਦ ਇਨਸਾਨ ਕਈ ਪਿਆਰੇ ਦੀ ਜੁਦਾਈ ਚ ਰੋਵੇ ਜਿਹੜਾ ਜੁਮਾ ਨਮਾਜ਼ ਪੜ੍ਹ ਕੇ ਮਸਜਿਦ ਨਬਵੀ ਸ਼ਰੀਫ ਜੋ ਲਿਖਤੇ ਹੈ ਆਪ ਹਾਣੇ ਖਰ ਰਹੇ ਗਏ ਹੈ ਬੀਬੀਆਂ ਸੈਣੀ ਪੁੱਛਦਾ ਅੱਜ ਮਸਜਿਦ ਨਬਵੀ ਖੈਰ ਤਹਾਈ ਕੌਣ ਰੋਂਦਾ ਇਹ ਰਾਜਿਕਾ ਸ਼ਹਿਰ ਦੇ ਵਿੱਚ ਰੁਬਾਟ ਨਵੇਂ ਮੈਂਬਰ ਦੇ ਸਹੀ ਬੈਠੇ ਬਸ ਕਰਾਚੀ ਤਾਂ ਨਾ ਪੁੱਜਾ ਆਏ ਹਨ 4000 ਮੀਲ ਲਾਹੌਰ ਤਾਂ ਨਾ ਸੱਟ ਆਏ ਹਨ 4500 ਮੀਲ ਛੜਾ 9 ਗਜ਼ ਦਾ ਫਾਸਲਾ ਕੁਰਬਾਨ ਵਜਾਵੇ ਤੇਰੇ ਇਸ਼ਕ ਦੇ ਦੁੱਧਾ 9 ਗਜ਼ ਦਾ ਹਿਜਰੀ ਬਰਦਾਸ਼ਤ ਨਹੀਂ ਥੀਂਦਾ 9 ਗਜ਼ ਦੇ ਜੁਦਾਈ ਨਹੀਂ ਵੀ ਬਰਦਾਸ਼ਤ ਥੀਂਦੀ ਤੂੰ ਤਾਂ 1400 ਸਾਲ ਪਿੱਛੋਂ ਆਇਆ ਬੈਠੇ ਦੁੱਧ ਰੋਵੇ ਤੇ ਮੁਸਲਮਾਨ ਨਾ ਰੋਵੇ ਕਿ ਜੇ ਸੁਣੀਏ ਉਹ ਅੱਖ ਕਿ ਜੇ ਬਦਬਖਤ ਉਹ ਦਿਲ ਰੋਂਦਾ ਖੜਾ ਅੱਗੋ ਕੇ ਪਰਦਾ ਤਾਂ ਨਾ ਤਾਣ ਦਿੱਤਾ ਹਨ ਵੱਡੂ ਹਾ ਦਾ ਚਿਹਰਾ ਹੀ ਸਾਹਮਣੇ ਵੱਲੈ ਲੈ ਇਜ਼ਾ ਸਜਾ ਜਾਂ ਜ਼ੁਲਫ ਇਹਦੇ ਦਾ ਖੜੇ ਅਲਮ ਨਸ਼ਰਾ ਲੱਕ ਸਦਰਕ ਦਾ ਸੀਨਾ ਮੁਬਾਰਕ ਨਹੀਂ ਲਿਖਿਆ ਮਾ ਯੰਤ ਕੋ ਅਨਲ ਹਵਾ ਦੇ ਵਾਜ਼ ਇਸ ਸੁਣ ਦਾ ਖੜੇ ਦੁਰੇ ਆਦਮ ਦੇ ਮੋਤੀ ਚਿੱਟੇ ਚਿੱਟੇ ਚਮਕਦਾਰ ਦੰਦ ਮੁਬਾਰਕ ਇਹਦੇ ਦਾ ਖੜੇ ਰੋਂਦਾ ਕਿਉਂ ਹੈ 9 ਗਜ਼ ਦੇ ਜੁਦਾਈ ਬਰਦਾਸ਼ਤ ਨਹੀਂ ਈ ਰੋਮਣ ਪਾਕ ਦੀ ਬਰਕਤ ਨਾਲ ਰੋਣਾ ਕਰ ਨਬੀ ਸਿਦੇਸ਼ ਇਹ ਰੋਮਣ ਪਾਕ ਦੀ ਬਰਕਤ ਨਾਲ ਮੇਰੇ ਕਰੀਮ ਨਬੀ ਸੀ ਕੁਰਾਨ ਦੀ ਤਿਲਾਵਤ ਰੋਕ ਦਿੱਤੀ ਹੈ ਅੱਲਾ ਦੇ ਆਕਾਮ ਦੇ ਤਬਲੀਗ ਝਲ ਦਿੱਤੀ ਨੇ ਖੁਤਬਾ ਛੋੜ ਦਿੱਤੇ ਨੇ ਖਿਤਾਬ ਛੋੜ ਦਿੱਤੇ ਨੇ ਸਹੀ ਮਿੰਬਰ ਤੋਂ ਲੱਥੇ ਜਿਹੜੇ ਕਰੀਮ ਨਬੀ ਸੀ ਪਿਛਲੇ ਜੁਮੇ ਤਾਈਂ ਜੇਲ ਮੁਬਾਰਕ ਟਿਕਾ ਖੜਦੇ ਹਨ ਅੱਜ ਹਾਂ ਮੁਬਾਰਕ ਲਾ ਕੇ ਗਲਕੜੀ ਪਾਤੀ ਖੜਨ ਹੱਥ ਮੁਬਾਰਕ ਫਿਰਦੇ ਖੜਨ ਪੁੱਛਦੇ ਨੇ ਮਾ ਯਬ ਕੀ ਕਾ ਵਰ ਰੋਂਦਾ ਕਿਉਂ ਹੈ ਨਬੀ ਸੀ ਅਲਾਵਨ ਤੇ ਦੁੱਲ ਨਾ ਅਲਾਵੇ ਸਹੀ ਬੋਲਨ ਦੁੱਲ ਨਵ ਜਵਾਬ ਦੱਸੀ ਯਾ ਰਸੂਲ ਅੱਲਾ ਸੱਲੱਲਾਹੁ ਅਲੈਹਿ ਵਸੱਲਮ ਸਹੀਆਂ ਰੋਵਾਂ ਹੀ ਨਾ ਰੋਵੈਂਦੇ ਆਪ ਮੈਂ ਪੁੱਛਦੇ ਆਪ ਸੁਣਾ ਮੇਰੀ ਕੋਈ ਗੁਲਾਮੀ ਨਾ ਹੈ ਮੇਰਾ ਕੋਈ ਤਾਲੁਕ ਵਾਸਤਾ ਹੀ ਨਾ ਹੈ ਅੱਜ ਨਵੇਂ ਮਿੰਬਰ ਤੇ ਬੈਠੇ ਵੇ ਮੇਰੇ ਡਹਦੇ ਨਹੀਂ ਵੇ ਰੋਮਾਈਨਾ ਵੱਲ ਪੁੱਛਦੇ ਵੇ ਮਾਜਬ ਕੀ ਕਾ ਰੋਂਦਾ ਕਿਉਂ ਹੈ ਹੱਥ ਮੁਬਾਰਕ ਕਿੱਥੇ ਨੇ ਦੇਖਣ ਦੇ ਗਲਕੜੀ ਪਾਤੀ ਖੜਨ ਫਰਮੈਦਨ ਚੁੱਪ ਕਰ ਜਿਵੇਂ ਤੂੰ ਰਾਜ਼ੀ ਥੀ ਮੈਂ ਹੁਣ ਰਾਜ਼ੀ ਕਰੇ ਸੁ ਮੰਗ ਤਾਂ ਸਹੀ ਹੁਣ ਦੁੱਧ ਦਾ ਪਿੰਨਾ ਨਹੀਂ ਦੇਖ ਦੁੱਧ ਦਾ ਮੰਗਾ ਨਹੀਂ ਦੇਖ
یا رسول اللہ صلی اللہ علیہ وسلم جب تک قیامت نہیں آتی میں کو جنت دے باغ دفن کر دو، قیامت دے بعد آپ مقام محمود دا تخت لے سو، وہ تخت میں بنا۔ صحیح فرمائے، سارے ممبر کلو ساری حویلی تک جڑا رستہ ہے ہند وچ کھڈا کھٹو ایکو دفن کر دو، جڑے مسجد نبوی دیکھن اج کو چومن اللہ دکھاوے انشاءاللہ ستوں نے حنانا اج کھڑے، اس تو نے حنانا اج بھی کھڑے رومن والا ممبر۔ صحیح فرمائے، ہن کتے کتے ون جنت دے وچ میں پوچھدا ہے کھجی دا سکا دودھ ڈبل ایم ہے پنج وقت ہا سارا سال روزے چ رہتا تہجد پڑھتا شیخ الحدیث ہے یا شیخ التفسیر ہے، انوار العلوم دا فارغ التحصیل ہے یا خیر المدارس دا پڑھا ہوا ہے، پیر صاحبہ تو ہی بادشاہ ہیں دودھ نہیں کریں پڑھن ان پڑھا ہاسی ان پڑھا، اچھا دودھ نہیں کریں عبادت کریں اچھا بے عمل ہا ہاسی بے عمل ہا، کھجی دا سکا دودھ بے علم دودھ بے عمل دودھ، نبی سی نے عشق جہان جو وہاوے سیوں کو جنت جو وڑا میں تے کملا تو جو نبی سی نے عشق جو رون دی نبی سی نے قیامت تے کنڈا لے سے۔ پک رکھیں یا کلمہ پڑھے بخشا بخشا ہے عمال چنگی شہی ہے، نماز چنگی ہے، روزہ چنگی ہے، حج چنگا ہے، صاحب نصاب دے زکات چنگی ہے، پر موڑی علی گال میرے کریم نبی سے دی غلامی ہے، شل ہی غلامی دے زندہ رکھے ہی غلامی دے موت دے وے، اللہم صلی علی محمد وعلی آل محمد وبارک وسلم، فقیر دا حج دا بولا علایہ حدیعہ نبی